ਤੇ ਇਹਦੇ 'ਚ ਤੁਸੀਂ ਅਗਰ ਸਰਦੀਆਂ 'ਚ ਇੰਨੀ ਅੱਛੀ ਗਰੋਥ ਲੈ ਰਹੇ ਹੋ, 180 ਗ੍ਰਾਮ ਤੱਕ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਗਰੋਥ ਆ ਰਹੀ ਹੈ ਬੱਚੇ ਦੀ ਰੋਜ਼ਾਨਾ ਦੀ, ਸਰ ਹੁਣ ਤੱਕ ਜਿਹੜੇ 180 ਗ੍ਰਾਮ ਵਾਲੇ ਬੱਚੇ ਆ, ਆਹ ਬੱਚਾ ਚੈੱਕ ਕਰੋ, ਇਹ ਵੀ 180 ਗ੍ਰਾਮ ਵਾਲਾ ਵਾ, ਆਹ ਬੱਚਾ ਦੇਖੋ ਇਹ ਵੀ 180 ਗ੍ਰਾਮ ਵਾਲਾ, ਅੱਛਾ ਅੱਛਾ ਠੀਕ ਹੋ ਗਿਆ, ਪਰ ਡੇ, ਅੱਛਾ ਆਹ ਬੱਚਾ ਵੀ 180 ਗ੍ਰਾਮ ਵਾਲਾ ਵਾ ਪਰ ਡੇ, ਹਾਂ ਸਭ ਕੁਝ ਤਕਰੀਬਨ ਹੋਰ, ਇਸ ਤੋਂ ਇਲਾਵਾ ਦੋ ਬੱਚੇ ਹੋਰ ਵੀ ਆ, ਮਤਲਬ ਕਿ ਅਗਰ ਤੁਸੀਂ ਸਰਦੀਆਂ ਦੇ ਵਿੱਚ ਇੰਨੀ ਗਰੋਥ ਲੈ ਰਹੇ ਹੋ ਤੇ ਗਰਮੀਆਂ 'ਚ ਤੇ ਮਜ਼ੀਦ ਬਿਹਤਰ ਹੋ ਜਾਣੀ ਚਾਹੀਦੀ ਫਿਰ, ਸਰ ਜਿਹੜਾ ਤੇ ਮੌਸਮ ਅੱਛਾ ਨਾ ਉਹਦੇ ਵਿੱਚ ਸਾਡੀ ਜਿਹੜੀ ਗਰੋਥ ਆ ਤਕਰੀਬਨ 50 ਗ੍ਰਾਮ ਡੇਲੀ ਬੇਸ ਤੇ ਵੱਧ ਜਾਣੀ ਹੈ, ਇਜ਼ਾਫਾ ਹੋ ਜਾਣਾ, ਅੱਛੇ ਮੌਸਮ ਵਿੱਚ 50 ਗ੍ਰਾਮ ਮਜ਼ੀਦ ਵੱਧ ਜੇ, ਮਜ਼ੀਦ ਜ਼ਿਆਦਾ ਇਜ਼ਾਫਾ ਹੋ ਜੇ, ਯਾਨੀ ਕਿ ਐਵਰੇਜ ਅਗਰ ਤੁਹਾਡੀ 1.5 ਪੌਣੇ 200 ਆ ਰਹੀ ਹੈ ਤੇ 200 ਯਾਦ ਨੂੰ ਕ੍ਰਾਸ ਕਰ ਸਕਦੀ ਹੈ, ਕਰ ਸਕਦੀ, ਇਹਦੇ ਵਿੱਚ ਵਜ੍ਹਾ ਕੀ ਹੈ ਕਿ ਉਹਨਾਂ ਨੂੰ 50 ਗ੍ਰਾਮ ਸਾਡੀ ਕਾਹਤੋਂ ਵੱਧ ਰਹੀ ਹੈ, ਹੁਣ ਕਿਉਂ ਇਸ ਟਾਈਮ ਵੀ ਸਾਡਾ ਜਿਹੜਾ ਮਾਹੌਲ ਆ ਬਿਲਕੁਲ ਬੱਚਿਆਂ ਵਾਸਤੇ ਅੱਛਾ ਵਾ, ਠੀਕ ਹੋ, ਇਹਦਾ ਟੈਂਪਰੇਚਰ ਬਿਲਕੁਲ ਮੇਨਟੇਨ ਕੀਤਾ ਹੈ, ਸਿਰਫ ਵਜ੍ਹਾ ਇਹ ਹੈ ਕਿ ਜਿਹੜਾ ਸਾਡੀ ਬੱਕਰੀਆਂ ਦੀ ਖੁਰਾਕ ਹੈ ਨਾ ਉਹ ਬਿਹਤਰ ਹੋ ਜਾਣੀ ਹੈ, ਠੀਕ ਹੋ, ਉਹਦੇ ਮਿਲਕ ਦੀ ਐਵਰੇਜ ਬਿਹਤਰ ਹੋ ਜਾਣੀ ਹੈ, ਇਸ ਟਾਈਮ ਅਸੀਂ ਉਹਦੇ ਮਿਲਕ ਦੀ ਐਵਰੇਜ ਬਿਹਤਰ ਨਹੀਂ ਕਰ ਸਕਦੇ, ਸਭ ਤੋਂ ਲਿਹਾਜ਼ਾ 400 ਜਾਨਵਰ ਆ, 400 ਜਾਨਵਰ ਦੀ ਬਰਾਬਰ ਕੇਅਰ ਨਹੀਂ ਹੋ ਸਕਦੀ ਇਹੋ ਜਿਹੇ ਮੌਸਮ ਦੇ ਵਿੱਚ, ਸਰੀਰ ਸਰਦੀ ਦੀ ਸੂਰਤ ਹਾਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਜਾਨਵਰ ਦੇ ਮਸਾਇਲ ਆ ਸਰਦੀ ਦੇ ਵਿੱਚ ਮੰਨਦੇ ਆ, ਲਿਹਾਜ਼ਾ ਜਿਹੜਾ ਸਾਡਾ ਜਾਨਵਰ ਇਸ ਟਾਈਮ 2 ਲੀਟਰ ਦੁੱਧ ਪੈਦਾ ਕਰ ਰਿਹਾ ਨਾ, ਉਹਨੇ ਅੱਛੇ ਮੌਸਮ ਦੇ ਵਿੱਚ ਉਸ ਜਾਨਵਰ ਨੇ 3 ਲੀਟਰ 3.5 ਲੀਟਰ 4 ਲੀਟਰ ਤੱਕ ਚਲੇ ਜਾਣਾ ਵਾ, ਲਿਹਾਜ਼ਾ ਅਗਰ ਉਹ ਅੱਛੇ ਮੌਸਮ ਦੇ ਵਿੱਚ ਬੱਚੇ ਪੈਦਾ ਕਰਦਾ ਵਾ ਤਾਂ ਲਿਹਾਜ਼ਾ ਉਹਨਾਂ ਬੱਚਿਆਂ ਦੀ ਗਰੋਥ ਜ਼ਿਆਦਾ ਵਾ, ਦੁੱਧ ਜ਼ਿਆਦਾ ਪੀਣ ਦੀ ਵਜ੍ਹਾ ਨਾਲ, ਸਹੀ ਠੀਕ ਹੋ ਗਿਆ, ਤੇ ਇਹਦੇ ਇਲਾਵਾ ਤੁਸੀਂ ਇਹਨਾਂ ਨੂੰ ਨਾਲ ਕੇ ਵੰਡਾ ਵਗੈਰਾ, ਸਰ ਇਹਨਾਂ ਤੋਂ ਇਲਾਵਾ ਅਸੀਂ ਵੰਡਾ ਇਹਨੂੰ ਕਾਫ ਸਟਾਰਟਰ ਵੰਡਾ ਦੇ ਰਹੇ ਹਾਂ, ਜਿਹਦੇ ਬਾਰੇ ਮੁਕੰਮਲ ਮਾਲੂਮਾਤ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਵਿੱਚ ਹੋਏਗੀ, ਠੀਕ ਹੋ ਗਿਆ, ਉਸ ਤੋਂ ਇਲਾਵਾ ਜਿਹੜੀ ਇਹਦੀ ਟ੍ਰੀਟਮੈਂਟ ਅਸੀਂ ਕੀਤੀ ਹੈ ਕਿ ਜਿਹੜੇ ਸਾਡਾ ਬੱਚੇ ਦੀ 20 ਦਿਨ ਏਜ ਸੀਗੀ ਉਸ ਵਕਤ ਇਹਨੂੰ ਅਸੀਂ ਡਿਵਰਮਿੰਗ ਕੀਤੀ ਗਈ ਹੈ, ਠੀਕ ਹੋ ਗਿਆ, ਜਿਹਦੇ ਵਿੱਚ ਕੁਛ ਦੇਸੀ ਫਾਰਮੂਲਾ ਸੀ, ਕੁਛ ਹੈ ਜਿਹੜੀਆਂ ਡਿਵਰਮਿੰਗ ਆਮ ਮਿਲ ਰਹੀਆਂ ਵਾ ਅੱਛੀ ਕੰਪਨੀ ਦੀ ਇੰਪੋਰਟਰ ਦੀ ਉਹ ਸੀ, ਉਸ ਤੋਂ ਇਲਾਵਾ ਇਹ ਆਵਰਮੈਕਟਿਨ ਦਾ ਟੀਕਾ ਲਗਾਇਆ ਗਿਆ, ਆਵਰਮੈਕਟਿਨ ਦੇ ਟੀਕੇ ਤੋਂ ਇਲਾਵਾ ਇਹਨੂੰ ਤੱਕ ਦਾ ਟੀਕਾ ਵਿਟਾਮਿਨ AD3 ਦਾ ਜਿਹੜਾ ਉਹ ਅਸੀਂ ਦੇ ਰਹੇ ਹਾਂ, ਅੱਛਾ ਠੀਕ ਹੋ ਗਿਆ, ਅਗਰ ਸਾਡੇ ਬੱਚੇ ਨੂੰ ਕੋਈ ਸਰਦੀ ਦਾ ਪ੍ਰੋਬਲਮ ਆ ਜਾਂਦਾ ਵਾ ਤੇ ਅਸੀਂ 1 ਤੋਂ 2 CC ਆਕਸੀਟੋਸਨ ਜਿਹੜਾ ਟੀਕਾ ਵਾ ਉਹ ਵੀ ਦੇ ਦਿੰਦੇ ਹਾਂ ਹੀਟ ਵਾਸਤੇ, ਲਗਾਈ ਦਾ ਨਹੀਂ ਉਹਨੂੰ ਪਲਾ ਦੇਈਦਾ ਵਾ, ਦੁੱਧ ਸ਼ੁੱਧ ਵਿੱਚ ਸ਼ੀਰ ਦੇ ਵਿੱਚ ਮਿਕਸ ਕਰਕੇ, ਠੀਕ ਹੋ ਗਿਆ, ਜਿਹੜਾ ਵਿਟਾਮਿਨ AD3 ਦਾ ਟੀਕਾ ਵਾ ਉਹ ਤਾਕਤ ਵਾਸਤੇ ਜਾਨਵਰ ਨੂੰ ਦੇਈਦਾ ਕਿ ਆਪਣੀ ਜਿਹੜੀ ਤਾਕਤ ਪਾਵਰ ਆ ਐਨਰਜੀ ਬਹਾਰ ਰੱਖੇ, ਬਾਅਦ ਜਾਨਵਰ ਐਸੇ ਹੁੰਦੇ ਆਪਣੀ ਖੁਰਾਕ ਖਾਂਦੇ ਆ ਔਰ ਸਰਦੀ ਨੂੰ ਕਲੋਜ਼ ਕਰਨ ਵਾਸਤੇ ਸਰਦੀ ਦੀ ਹਿਫਾਜ਼ਤ ਵਾਸਤੇ ਟੋਟਲ ਖੁਰਾਕ ਜਿਹੜੀ ਹੈ ਨਾ ਉਹ ਇਸਤੇਮਾਲ ਕਰਦੇ ਆ, ਅਗਰ ਉਹਨੂੰ ਵਿਟਾਮਿਨ ਦਿੱਤੇ ਜਾਣ ਤੇ ਉਹ ਲਿਹਾਜ਼ਾ ਉਹਦੀ ਖੁਰਾਕ ਗਰੋਥ ਦੇ ਵਿੱਚ ਇਸਤੇਮਾਲ ਹੋਊਗੀ, ਤਕਰੀਬਨ 1 ਹਫ਼ਤੇ ਤੋਂ ਬਾਅਦ ਅਸੀਂ AD3 ਲਾਲ ਮੈਨੂੰ ਦੇ ਰਹੇ ਹਾਂ, ਅੱਛਾ ਅੱਛਾ, ਤੇ ਇਹਦੇ ਇਲਾਵਾ ਵੰਡਾ ਹੀ ਤੁਸੀਂ ਕੀ ਇਹਨਾਂ ਨੂੰ ਦੇ ਰਹੇ, ਵੰਡੇ ਦੇ ਸਰ ਤਕਰੀਬਨ ਸਾਡੀਆਂ ਕੋਲ 8-10 ਐਟਮਾਂ ਵਾ ਜਿਹੜੀ ਨੈਕਸਟ ਵੀਡੀਓ ਦੇ ਵਿੱਚ ਦੱਸੀਆਂ ਜਾਣਗੀਆਂ, ਤੇ ਇਹਨਾਂ ਨੂੰ ਪੈਦਾਇਸ਼ ਦੇ ਕਿੰਨੇ ਦਿਨ ਬਾਅਦ ਤੁਸੀਂ ਵੰਡਾ ਸ਼ੁਰੂ ਕਰਦੇ ਹੋ? ਸਰ ਅਸੀਂ ਇਹਦੀ ਪੈਦਾਇਸ਼ ਤੋਂ ਤਕਰੀਬਨ 1 ਹਫ਼ਤੇ ਤੋਂ ਬਾਅਦ ਵੰਡਾ ਸ਼ੁਰੂ ਕਰ ਦਿੰਦੇ ਹਾਂ, ਠੀਕ ਹੋ ਗਿਆ, 1 ਹਫ਼ਤੇ ਤੋਂ ਪਹਿਲੇ ਵੰਡਾ ਅਸੀਂ ਨਹੀਂ ਦੇਣਾ, 1 ਹਫ਼ਤੇ ਦੇ ਬਾਅਦ ਸ਼ੁਰੂ ਕਰਦੇ ਹਾਂ, 1 ਹਫ਼ਤੇ ਬਾਅਦ ਸ਼ੁਰੂ ਕਰਦੇ, 1 ਹਫ਼ਤੇ ਬਾਅਦ ਸ਼ੁਰੂ ਕਰਨ ਤੋਂ ਬਾਅਦ ਸਾਡਾ ਬੱਚਾ ਜਿਹੜਾ ਤਕਰੀਬਨ 1 ਹਫ਼ਤੇ ਤੋਂ ਬਾਅਦ ਸ਼ੁਰੂ ਕਰਦੇ ਹਾਂ 12 ਦਿਨ ਦਾ ਬੱਚਾ ਜਿਹੜਾ ਸਾਡਾ ਉਹ ਵੰਡਾ ਖਾਣਾ ਸ਼ੁਰੂ ਕਰ ਦਿੰਦਾ, ਅੱਛਾ ਜੀ, ਯਾਨੀ ਕਿ 2 ਹਫ਼ਤੇ ਨਾਲ ਪਹਿਲਾਂ ਹੀ ਬੱਚਾ ਵੰਡਾ ਖਾਣਾ ਸ਼ੁਰੂ, ਵੰਡਾ ਖਾਣਾ ਸ਼ੁਰੂ ਕਰਦਾ, ਵੰਡੇ ਦੇ ਸਾਰ ਜੀ ਸਾਨੂੰ ਬਹੁਤ ਸਾਰੇ ਫਾਇਦੇ ਆ, ਠੀਕ ਹੋ ਗਿਆ, ਕਿ ਇਹਨਾਂ ਦਾ ਜਿਹੜਾ ਅੰਦਰ ਦਾ ਨਿਜ਼ਾਮ ਆ ਉਹ ਬਹੁਤ ਜਲਦੀ ਤਿਆਰ ਹੁੰਦਾ ਵਾ, ਇਹਨਾਂ ਦੀ ਜਿਹੜੀ ਉਹ ਜਿਹੜੀ ਹੁੰਦੀ ਉਹ ਜਿਹੜੀ ਬਹੁਤ ਜਲਦੀ ਤਿਆਰ ਹੁੰਦੀ, ਸਹੀ ਠੀਕ ਹੋ ਗਿਆ, ਤੇ ਉਹਦੇ 'ਚ ਜਿਹੜੀ ਇਹਨਾਂ ਦੀ ਵਿਨਿੰਗ ਟਾਈਮ ਹੈ ਤੁਹਾਡਾ ਦੁੱਧ ਛੁਡਾਉਣ ਦਾ ਵਕਤ, ਹਾਂਜੀ, ਉਹ ਤੁਸੀਂ ਕੀ ਰੱਖਿਆ ਆਮ ਤੌਰ ਤੇ? 3 ਮਹੀਨੇ ਰੱਖਿਆ ਵਾ, ਅੱਛਾ 3 ਮਹੀਨੇ ਤੁਹਾਡਾ, 2 ਮਹੀਨੇ 20 ਦਿਨ ਇਹਨੂੰ ਬਰਾਬਰ ਦੁੱਧ ਦੇ ਰਹੇ ਹਾਂ, ਜਿਹੜੇ ਲਾਸਟ 10 ਦੇ ਆ ਉਹਨਾਂ ਦੇ ਵਿੱਚ ਅਸੀਂ ਇਹਦਾ ਪਹਿਲੇ 1 ਟਾਈਮ ਕਰੀਦਾ ਵਾ, ਠੀਕ ਹੈ, ਉਸ ਤੋਂ ਬਾਅਦ ਇਹਦਾ ਦੁੱਧ ਬਿਲਕੁਲ ਜ਼ੀਰੋ ਕਰ ਦਈਦਾ ਵਾ, 2 ਦਿਨ ਤੋਂ ਬਾਅਦ 3 ਦਿਨ ਤੋਂ ਬਾਅਦ ਮੁੜ ਕੇ ਸਮਝੋ। ਵੈਸੇ ਤੁਸੀਂ ਇਹਨਾਂ ਨੂੰ 2 ਟਾਈਮ ਦੁੱਧ ਪਿਆਉਂਦੇ ਹੋ ਰੋਜ਼ ਜਾਂ ਤਿੰਨ? ਸਰ ਅਸੀਂ 2 ਟਾਈਮ ਦੁੱਧ ਪਿਲਾ ਰਹੇ ਹਾਂ, ਜਿਹੜਾ ਬੱਚਾ ਸਾਡਾ ਪੈਦਾ ਹੋ ਰਿਹਾ ਵਾ ਉਹਨੂੰ 3 ਟਾਈਮ ਪਿਲਾ ਰਹੇ ਹਾਂ, ਲੇਕਿਨ 3 ਟਾਈਮ ਪਿਲਾਉਣ ਦਾ ਸਾਡਾ ਤਰੀਕਾਕਾਰ ਮੁਖਤਲਿਫ ਹੈ, ਠੀਕ ਹੋ ਗਿਆ, ਸਵੇਰ ਨੂੰ 1 ਦਫਾ ਪਲਾਣਾ, ਦੂਸਰੀ ਦਫਾ ਸ਼ਾਮ ਨੂੰ ਪਲਾਣ ਰਹੇ ਆ ਅਸੀਂ 6 ਵਜੇ, ਉਸ ਤੋਂ ਬਾਅਦ ਰਾਤ ਨੂੰ ਤਕਰੀਬਨ 1-2 ਵਜੇ ਪਲਾ ਰਹੇ ਆ, ਫਿਰ ਸਵੇਰ ਪਲਾ ਰਹੇ ਆ, ਕਿਉਂ ਰਾਤ ਦਾ ਟਾਈਮ ਜਿਹੜਾ ਜ਼ਿਆਦਾ ਵਾ ਸਵੇਰ ਦਾ ਟਾਈਮ ਜਿਹੜਾ ਘੱਟ ਹੈ, ਇਸ ਤੋਂ ਅਸੀਂ ਰਾਤ ਨੂੰ 3 ਦਫਾ ਕਰ ਰਹੇ ਆ। ਮਤਲਬ ਤੁਸੀਂ ਇੰਨੀ ਜ਼ਿਆਦਾ ਬੱਚਿਆਂ ਦੀ ਕੇਅਰ ਕਰਦੇ ਹੋ, ਇਸ ਵਜ੍ਹਾ ਤੋਂ ਤੁਹਾਡੇ ਬੱਚੇ ਹੈਲਦੀ ਵੀ ਨੇ? ਬਿਲਕੁਲ ਅੱਛਾ, ਤਾਂ ਸਾਹਮਣੇ ਦੇਖ ਲਓ ਅਸੀਂ ਕੀ ਕਰ ਸਕਦੇ ਹਾਂ, ਮਤਲਬ ਕਿ ਬੱਚਿਆਂ 'ਚ ਅਮਵਾਤ ਵੀ ਸ਼ਰਾ ਮਵਾਤ ਵੀ ਬੜੀ ਘੱਟ, ਸ਼ਰਾ ਮਵਾਤ ਬਿਲਕੁਲ ਜ਼ੀਰੋ ਆ, ਇੱਕ ਅੱਧੇ ਜਾਂ 2 ਬੱਚਿਆਂ ਦਾ 30-35 ਬੱਚਿਆਂ ਦੇ ਵਿੱਚ ਡੈਮੇਜ ਹੋ ਜਾਣਾ ਕੋਈ ਏਡੀ ਵੱਡੀ ਗੱਲ ਨਹੀਂ, ਠੀਕ ਹੈ, ਲਿਹਾਜ਼ਾ ਇਹਦਾ ਜੇ ਤਰੀਕਾ ਪਦਾਇਸ਼ ਹੈ ਨਾ ਦੁਨੀਆ 'ਤੇ ਆਉਣ ਦਾ ਤੇ ਮੌਤ ਇਹਦੇ ਉੱਤੇ ਲਾਜ਼ਮ ਆ, ਠੀਕ ਹੋ ਗਿਆ, ਅਗਰ ਤੁਸੀਂ ਕਾਮਯਾਬ ਫਾਰਮਰ ਆ ਇਹਨੂੰ ਤਕਬੀਰ ਕਰ ਲੈਂਦੇ ਆ, ਅਗਰ ਤੁਸੀਂ ਕਾਮਯਾਬ ਫਾਰਮਰ ਨਹੀਂ ਇਹਨੂੰ ਜ਼ਾਇਆ ਕਰ ਲੈਂਦੇ ਆ, ਲੇਕਿਨ ਮੌਤ ਮਸਤ ਗਈ ਹੈ, ਹਾਂ ਜਿਹਨੇ ਜ਼ਾਹਿਰ ਆਉਣਾ ਉਹਨੇ ਜਾਣਾ ਵੀ ਹੈ ਜੀ। ਅੱਛਾ, ਉਹ ਸਾਹਮਣੇ ਜਿਹੜਾ ਖੁੱਡਾ ਬਣਿਆ ਡੱਬਾ ਬਣਿਆ ਇਹਦੇ ਵਿੱਚ ਕੀ ਹੈ?
ਤੁਹਾਡੇ ਬੱਚੇ ਵੀ ਬੜੇ ਮਾਸ਼ਾਅੱਲਾ ਐਕਟਿਵ ਨੇ ਨਾ, ਜਲਦੀ ਆ ਥੋੜਾ ਜਲਦੀ ਆ, ਇਹਨਾਂ ਨੂੰ ਕਾਬੂ ਰੱਖਣਾ ਬਹੁਤ ਮੁਸ਼ਕਲ ਕੰਮ ਹੈ। ਅੱਛਾ ਜੀ, ਸਾਰੇ ਬੱਚੇ ਦਰਵਾਜ਼ੇ 'ਤੇ ਆ ਗਏ ਨੇ, ਬਾਹਰ ਨਿਕਲਣਾ ਚਾਹ ਰਹੇ। ਅੱਛਾ ਜੀ, ਇਸ ਡੱਬੇ 'ਚ ਤੁਸੀਂ ਕੀ ਡੱਕਿਆ ਜੀ, ਇਹ ਦੱਸੋ। ਸਰ ਇਹਦੇ ਵਿੱਚ ਸਾਡੇ ਛੋਟੇ ਬੱਚੇ ਆ ਜਿਹੜੇ 4-5 ਇੱਕ ਹਫ਼ਤੇ ਦੀ ਏਜ ਦੇ ਆ। ਅੱਛਾ, ਠੀਕ ਹੋ ਗਿਆ। ਉਹਨਾਂ ਨੂੰ ਇੱਥੇ ਕਿਉਂ ਤੁਸੀਂ ਇਹਦੇ ਵਿੱਚ ਕਿਉਂ ਰੱਖਿਆ? ਸਰ ਆਹ ਜਿਹੜੇ ਸਾਡੇ ਬੱਚੇ ਆ ਇਹ ਜ਼ਿਆਦਾ ਵਾ ਹੈਵੀ ਬੱਚੇ ਆ, ਵੇਟ ਆ ਰਹੇ ਆ, ਪਰ ਕੋਈ ਛੋਟਾ ਬੱਚਿਆਂ ਦੇ ਥੱਲੇ ਆ ਜਾਂਦਾ ਤਾਂ ਜ਼ਾਇਆ ਹੋ ਜਾਂਦਾ। ਅੱਛਾ ਅੱਛਾ, ਠੀਕ ਹੋ ਗਿਆ। ਦੂਸਰਾ ਜਿਹੜਾ ਛੋਟਾ ਬੱਚਾ ਵਾ ਇਹ ਇੱਥੇ ਇਕੱਠੇ ਹੋ ਕੇ ਹੀਟ ਇਹਦੀ ਅੱਛੀ ਤਿਆ ਹੋ ਜਾਂਦੀ ਆ, ਪ੍ਰੋਬਲਮ ਨਹੀਂ ਆਉਂਦੀ। ਠੀਕ ਹੋ ਗਿਆ, ਇਹ ਅਪਸੈਟ ਨਹੀਂ ਹੁੰਦੇ। ਜਿਸਦੇ ਜਿਸ ਟਾਈਮ ਬੱਚੇ ਨੂੰ ਟੈਨਸ਼ਨ ਨਹੀਂ ਆਉਂਦੀ, ਇਹਨੂੰ ਪ੍ਰੋਬਲਮ ਕੋਈ ਨਹੀਂ ਆਉਂਦੀ। ਪਹਿਲੇ ਜਿਹੜੇ 8-10 ਦਿਨ ਉਹ ਬਹੁਤ ਜ਼ਿਆਦਾ ਸਖਤ ਕੇਅਰ ਦੇ ਹੁੰਦੇ ਸਰਦੀ ਦੇ ਵਿੱਚ, ਲਿਆਦਾ ਇਸੇ ਤੋਂ ਇਹਨੂੰ ਅਲੱਗ ਜਗ੍ਹਾ 'ਤੇ ਰੱਖਿਆ ਗਿਆ ਵਾ। ਅਗਰ ਜਿਸ ਤਰ੍ਹਾਂ ਸਾਡੀ ਮੌਸਮ ਦੀ ਸੂਰਤ ਹਾਲ ਚੱਲ ਰਹੀ ਆ, 2-4 ਦੇ ਉੱਤੇ ਡਿਗਰੀ ਜਾ ਰਹੀ, ਤਾਂ ਅਸੀਂ ਇਹਨੂੰ 15 ਦਿਨ ਰੱਖਾਂਗੇ ਇੱਥੇ। ਅਗਰ ਮੌਸਮ ਕੁਛ ਬਿਹਤਰ ਹੋ ਗਿਆ ਤਾਂ ਅਸੀਂ 10 ਦਿਨ ਇੱਥੇ ਰੱਖਣਾ ਸਿਰਫ। ਅੱਛਾ ਅੱਛਾ, ਠੀਕ ਹੋ ਗਿਆ। 10 ਦਿਨ ਤੋਂ ਬਾਅਦ ਇਹਨੂੰ ਵੱਡੇ ਬੱਚਿਆਂ ਦੇ ਨਾਲ ਛੱਡ ਦੇਣਾ। ਯਾਨੀ ਕਿ ਐਵਰੇਜਨ ਤੁਸੀਂ ਇਹਨਾਂ ਨੂੰ ਤਕਰੀਬਨ 1 ਹਫ਼ਤਾ ਰੱਖ ਰਹੇ ਹਾਂ, 1 ਜਾਂ 1.5 ਹਫ਼ਤਾ ਰੱਖ, 1 ਹਫ਼ਤਾ 1.5 ਹਫ਼ਤਾ ਰੱਖ ਰਹੇ ਹਾਂ। ਇਹਨਾਂ ਦਾ ਇਹਨਾਂ ਦੀ ਵੀ ਐਵਰੇਜ ਅੱਛੀ ਆ ਰਹੀ ਹੈ ਸਰ? ਇਹਨਾਂ ਦੀ ਐਵਰੇਜ ਤਕਰੀਬਨ ਪੈਦਾ ਹੋਣੇ ਵਾਲੇ ਬੱਚੇ ਆ 4 ਕਿਲੋ, 4 ਕਿਲੋ 200 ਗ੍ਰਾਮ, 4 ਕਿਲੋ 300 ਗ੍ਰਾਮ, 4 ਕਿਲੋ 500 ਗ੍ਰਾਮ। ਅਤੇ ਇਹ ਇੰਨੇ ਹੈਲਦੀ ਕਿਉਂ ਪੈਦਾ ਨੇ? ਆਮ ਤੌਰ 'ਤੇ ਬੱਕਰੀਆਂ ਦੇ ਬੱਚੇ 3.5 ਕਿਲੋ, 3.5 ਕਿਲੋ ਇੰਨੇ ਪੈਦਾ ਹੁੰਦੇ ਨੇ। ਸਰ ਅਸੀਂ ਜਿਹੜੀ ਦੀ ਖੁਰਾਕ ਆ ਨਾ ਸਾਡੀ ਤਕਰੀਬਨ 90% ਕੋਸ਼ਿਸ਼ ਆ ਕਿ ਅਸੀਂ ਡਰਾਈ ਮੈਟਰ ਦਈਏ, ਕੁਛ ਖੁਰਾਕ ਦਈਏ, ਤਾਕਤਵਰ ਕੁਛ ਖੁਰਾਕ ਦਈਏ ਮਾਦਾ ਜਾਨਵਰ ਨੂੰ, ਜਿਹਦੀ ਵਜ੍ਹਾ ਨਾਲ ਸਾਡਾ ਜਿਹੜਾ ਵੇਟ ਬਹੁਤ ਅੱਛਾ ਆ ਰਿਹਾ, ਖਰਚਾ ਵੀ ਬਿਲਕੁਲ ਮੁਨਾਸਬ ਹੋ ਰਿਹਾ। ਅੱਛਾ ਅੱਛਾ, ਯਾਨੀ ਕਿ ਤੁਸੀਂ ਜਿਹੜਾ ਸਭ ਚਾਰਾ ਵਾ ਇਹ ਸਾਡਾ ਬਿਲਕੁਲ ਨਾ ਮੁਨਾ ਥੋੜ੍ਹਾ ਜਿਹਾ ਵਾ, ਜਿਹਨੂੰ ਕਹਿ ਲਓ ਕਿ 70% ਅਸੀਂ ਜਿਹੜਾ ਵਾ ਡਰਾਈ ਮੈਟਰ ਇਹਨੂੰ ਦੇ ਰਹੇ, 30% ਇਹਨੂੰ ਸਭ ਚਾਰਾ ਦੇ ਰਹੇ ਹਾਂ। 30 ਦੀ ਵੀ ਸਾਡੀ ਕੋਸ਼ਿਸ਼ ਹੈ ਕਿ ਅਸੀਂ 30 ਤੋਂ ਵੀ 10-15 'ਤੇ ਚਲੇ ਜਾਈਏ, ਲੇਕਿਨ ਸ਼ਦੀਦ ਮੌਸਮੀ ਹਾਲਾਤ ਦੀ ਵਜ੍ਹਾ ਤੋਂ ਸਾਨੂੰ ਜਿਹੜਾ ਸਭ ਚਾਰਾ ਵਾ ਇਹ ਸਿਰਫ ਇਹੀ ਇਹਦੀ ਖੁਰਾਕ 'ਚ ਮਿਲ ਰਿਹਾ ਵਾ। ਬਾਕੀ ਚੀਜ਼ਾਂ ਜਿਹੜੀਆਂ ਸਾਡੀਆਂ ਸੇਵ ਕੀਤੀਆਂ ਹੋਈਆਂ, ਵਾਂਡਾ ਛਾਂਡਾ ਵਾ, ਇਹਦੇ 'ਚ ਮੂੰਗੀ ਦਾ ਭੋ ਆ, ਉਹ ਚੀਜ਼ਾਂ ਅਸੀਂ ਮਿਕਸ ਕਰਕੇ ਸਭ ਚਾਰੇ ਦਾ ਡਰਾਈ ਮੈਟਰ ਬਰਬਰ ਕਰ ਰਹੇ ਹਾਂ। ਇਹ ਤੁਸੀਂ ਬੱਚੇ ਵਹਾ ਸਕਦੇ ਹੋ? ਜੀ ਸਰ, ਕਿਉਂਕਿ ਜਿਹੜੇ ਤੁਹਾਡੇ ਬਾਅਦ ਦੇ ਬੱਚੇ ਨੇ ਇਹਨਾਂ ਨੇ ਮੰਮੀ ਦੇ ਪੈਂਟ ਨੂੰ ਚੱਕ ਮਾਰਨੇ ਸ਼ੁਰੂ ਕਰ ਦਿੱਤੇ। ਸਰ ਸ਼ੇਰਾ ਵੀ ਇਹਨਾਂ ਬੱਚਾ ਵਾ। ਅੱਛਾ, ਤਕਰੀਬਨ ਇਹ ਨਾ 1 ਹਫ਼ਤੇ ਦਾ। 1 ਹਫ਼ਤੇ ਦਾ ਜੀ, ਸਹੀ ਜੀ। ਅਤੇ ਇਹਦਾ ਕਿੰਨਾ ਵੇਟ ਹੋਣਾ ਇਸ ਟਾਈਮ? ਤਕਰੀਬਨ ਸਰ ਇਹਦਾ ਵੇਟ ਜਿਹੜਾ ਵਾ ਇਸ ਟਾਈਮ ਇਹ ਪੈਦਾਇਸ਼ ਦੇ ਵਕਤ ਇਹਦਾ ਵੇਟ 4 ਕੇਜੀ ਸੀ। ਅੱਛਾ ਅੱਛਾ, ਠੀਕ ਹੋ ਗਿਆ। ਹੁਣ ਤੁਸੀਂ 150 ਗ੍ਰਾਮ ਦੇ ਨਾਲ ਖੁਦ ਹਿਸਾਬ ਲਗਾ ਲਓ। ਅੱਛਾ ਅੱਛਾ, ਕਿ 1 ਹਫ਼ਤੇ ਦਾ ਜਿਹੜਾ ਬੱਚਾ ਵਾ ਤਕਰੀਬਨ ਇਹ 5-5.5 ਕੇਜੀ ਦੇ ਹੋਣਗੇ। ਅੱਛਾ ਅੱਛਾ, ਸਹੀ ਜੀ। ਅਤੇ ਇਹਦੇ ਇਲਾਵਾ ਦੂਸਰੇ ਬੱਚੇ, ਕੋਈ ਬੱਚਾ ਕੱਢ ਕੇ ਇੱਥੇ ਜਿਹੜਾ ਬਾਹਰ ਰੱਖੋ? 1 ਮਿੰਟ ਤੁਹਾਨੂੰ ਬੱਚੇ ਦਿਖਾਉਂਦਾ ਵਾ। ਆ ਸਰ ਨਾਗਰਾ ਬੱਚਾ ਵਾ। ਅੱਛਾ, ਇਹਦੀ ਜਿਹੜੀ ਤਕਰੀਬਨ ਏਜ ਆ 3 ਦਿਨ ਹੈ, 3 ਦਿਨ ਨਰ ਪੈਦਾ ਹੈ ਜੀ। ਅੱਛਾ, ਠੀਕ ਹੋ ਗਿਆ। ਇਹ ਵੀ ਸਰ ਨਾਗਰਾ ਬੱਚਾ ਹੈ, ਇਹ ਵੀ ਨਰ, ਇਹਦੀ ਏਜ ਵੀ 3 ਦਿਨ ਹੈ, ਇਹ ਦੋਨੇ ਭਾਈ ਹੈ। ਅੱਛਾ, ਜੋੜੇ ਦੇ ਨੇ ਜੀ, ਸਹੀ ਸਹੀ, ਠੀਕ ਹੈ। ਇਹਦਾ ਪੈਦਾਇਸ਼ ਦਾ ਵਜ਼ਨ 4.5 ਕੇਜੀ ਸੀ। 4.5 ਕੇਜੀ ਪੈਦਾਇਸ਼ ਦਾ ਵਜ਼ਨ, ਸਹੀ ਜੀ। ਅਤੇ ਹੁਣ ਇਹਨਾਂ ਦਾ ਵਜ਼ਨ ਤਕਰੀਬਨ ਹੁਣ 3 ਦਿਨ ਦੇ ਹੋ ਗਏ, ਤੁਸੀਂ ਆਪਣੇ ਇਹਦਾ ਅੰਦਾਜ਼ਾ ਲਗਾ ਲਓ। ਇਹ ਜਿਹੜਾ ਸਾਡਾ ਵੈਸੇ ਵਜ਼ਨ ਦਾ ਤਰੀਕਾ ਘਰ ਨਾ, ਅਸੀਂ ਪਹਿਲੇ ਦਿਨ ਪੈਦਾਇਸ਼ ਦੇ ਵਜ਼ਨ ਕਰਨਾ ਵਾ, ਉਸ ਤੋਂ ਇਲਾਵਾ 20 ਦਿਨ ਤੋਂ ਬਾਅਦ ਕਰਨਾ, ਠੀਕ ਹੋ ਗਿਆ। ਫਿਰ 40 ਦਿਨ ਤੋਂ ਬਾਅਦ ਕਰਨਾ। ਅੱਛਾ ਇਸ ਤਰ੍ਹਾਂ। ਅੱਛਾ ਫਰਾਨ ਸਾਹਿਬ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਸਰਦੀ ਹੈ ਜੀ ਸਰ, ਅਤੇ ਮੈਨੂੰ ਵੀ ਅਕਸਰ ਲੋਕ ਜਿਹੜੇ ਨੇ ਉਹ ਮੈਸੇਜ ਕਰਦੇ ਰਹਿੰਦੇ ਨੇ, ਵੀਡੀਓਜ਼ ਵੀ ਭੇਜਦੇ ਰਹਿੰਦੇ ਨੇ, ਅਤੇ ਸਾਡੇ ਬਹੁਤ ਜ਼ਿਆਦਾ ਜਿਹੜੇ ਨੇ, ਇੱਕ ਤਾਂ ਮਸਲਾ ਆ ਰਿਹਾ ਕਿ ਬੱਚਿਆਂ 'ਚ ਬੱਕਰੀਆਂ ਦੇ ਵਿੱਚ ਅਬਾਰਸ਼ਨ ਦਾ ਬੜਾ ਮਸਲਾ ਆ ਰਿਹਾ, ਬੜੀਆਂ ਬੱਕਰੀਆਂ ਆਪਣੇ ਹਮਲ ਜ਼ਾਇਆ ਕਰਦੀਆਂ ਨੇ ਪਈਆਂ, ਅਤੇ ਤੁਹਾਡੇ ਕੋਲ ਇੱਥੇ ਦੇਖਿਆ ਕਿ ਤੁਹਾਡੀਆਂ ਬੱਕਰੀਆਂ ਵੀ ਜਿਹੜਾ ਉਹ ਬੱਚੇ ਵੀ ਦੇ ਰਹੀਆਂ ਨੇ ਅੱਛੇ ਤਰੀਕੇ ਨਾਲ, ਅਤੇ ਤੁਸੀਂ ਜਿਹੜੀ ਤੁਹਾਡੀ ਸ਼ਰ੍ਹਾ ਮੁਆਤ ਹੈ ਇੱਥੇ ਫਾਰਮ 'ਤੇ, ਉਹ ਤਕਰੀਬਨ 0 ਤੁਸੀਂ ਕਹਿ ਰਹੇ ਹੋ ਆ ਰਹੀ। 0 ਸਰ, 35 ਬੱਚਿਆਂ ਦੇ ਵਿੱਚੋਂ ਤੁਸੀਂ 2 ਬੱਚੇ ਕਹਿ ਰਹੇ ਹੋ? 2 ਬੱਚੇ ਕਹਿ ਰਹੇ, 2 ਬੱਚੇ ਜ਼ਾਇਆ ਹੋਏ ਤੁਹਾਡੇ 2 ਮਹੀਨੇ 'ਚ ਜੀ। ਸਹੀ, ਜਿਹੜੇ ਸ਼ਦੀਦ ਮੌਸਮੀ ਹਾਲਾਤ ਆ। ਅੱਛਾ, ਪਿਛਲੇ ਸਾਲਾਂ ਤੋਂ ਇਸ ਸਾਲ ਸਰਦੀ ਬਹੁਤ ਜ਼ਿਆਦਾ ਹੈ। ਹਾਂ, ਅਤੇ ਇਹ ਇੰਨੇ ਸ਼ਦੀਦ ਮੌਸਮੀ ਹਾਲਾਤ ਨੇ, ਬੱਕਰੀਆਂ ਬੱਚੇ ਤੱਕ ਵੀ ਆਪਣੇ ਅੰਦਰ ਨਹੀਂ ਰੱਖ ਪਾ ਰਹੀਆਂ, ਬੱਚੇ ਵੀ ਕਾਫੀ ਮਰ ਰਹੇ ਨੇ। ਜਿਸ ਤਰ੍ਹਾਂ ਸਾਡੇ ਆਮ ਇੱਕ ਤਾਸਰ ਹੈ ਕਿ 70% ਤੱਕ ਫਾਰਮਰਾਂ ਦੇ ਬੱਚੇ ਬੱਕਰੀਆਂ ਦੇ ਜ਼ਾਇਆ ਹੋ ਜਾਂਦੇ ਨੇ ਸਰਦੀ ਦੇ, 70 ਦੀ ਵੀ 90% ਜ਼ਾਇਆ ਹੁੰਦੇ ਨੇ। ਹਾਂ, ਸਰਦੀ 'ਚ 90% ਤੱਕ, ਅਤੇ ਜਿਹੜੇ ਗਰਮੀ ਦੇ ਬੱਚੇ ਆ ਉਹ 70% ਤੱਕ। ਅੱਛਾ, ਅਤੇ ਅਸੀਂ ਕਿਹੜੀ ਵਜੂਹਾਤ ਨੇ ਕਿ ਤੁਹਾਡਾ ਮਤਲਬ ਕਿ ਬੱਚਿਆਂ ਦੀ ਜਿਹੜੀ ਸ਼ਰ੍ਹਾ ਮੁਆਦ ਉਹ ਤਕਰੀਬਨ 1% ਜਾਂ 2% ਕਹਿ ਲਓ, ਕੀ ਵਜੂਹਾਤ? ਤਕਰੀਬਨ 1% ਕਹਿ ਲਓ, 2% ਤਾਂ ਨਹੀਂ ਕਹੀ ਜਾ ਸਕਦੀ। ਇਹ ਚੀਜ਼ ਹੈ ਕਿ ਸਾਡਾ ਜਿਹੜਾ ਇਹਨਾਂ ਬੱਚਿਆਂ ਨੂੰ ਮਾਹੌਲ ਦਿੱਤਾ ਬਹੁਤ ਅੱਛਾ ਵਾ। ਅੱਛਾ, ਠੀਕ ਹੋ ਗਿਆ। ਦੂਸਰਾ, ਸਾਡੇ ਜਿਹੜੇ ਹਿਫਾਜ਼ਤੀ ਇਕਦਾਮਾਤ ਆ ਬਹੁਤ ਅੱਛੇ ਆ।
ਅਸੀਂ ਹਫ਼ਤੇ ਤੋਂ ਬਾਅਦ ਜਾਨਵਰ ਨੂੰ ਵਾਂਡਾ ਸ਼ੁਰੂ ਕਰਾ ਦਿੰਦੇ ਹਾਂ। ਇੱਕ ਆਪਣਾ ਸਾਦਾ ਦੇਸੀ ਅਜਨਾਸ ਦਾ ਬਣਾਇਆ ਹੋਇਆ ਵਾਂਡਾ ਵਾ, ਠੀਕ ਹੋ ਗਿਆ। ਦੂਸਰਾ ਇਹਦੀ ਪ੍ਰੋਪਰ ਕੇਅਰ ਕਰ ਰਹੇ ਹਾਂ, ਇਹਦਾ ਦੁੱਧ ਦਾ ਜਿਹੜਾ ਟਾਈਮ ਹੈ ਬਿਲਕੁਲ ਬਰਾਬਰ ਹੈ, ਠੀਕ ਹੋ ਗਿਆ। ਫਿਰ ਲਿਆਦਾ ਜਿਹੜੇ ਅਸੀਂ ਜਾਨਵਰ ਨੂੰ ਦੁੱਧ ਪਿਲਾਈ ਦਾ ਵਾ, ਉਹਦੀ ਮਾਂ ਦੇ ਦੁੱਧ ਦਾ ਟੈਂਪਰੇਚਰ ਚੈੱਕ ਕਰੀਦਾ ਵਾ। ਬਾਅਦ ਔਕਾਤ ਐਸਾ ਹੋ ਜਾਂਦਾ ਕਿ ਜਾਨਵਰ ਦਾ ਜਿਹੜਾ ਆਰਡਰ ਦਾ ਟੈਂਪਰੇਚਰ ਡਾਊਨ ਹੁੰਦਾ ਵਾ, ਅਤੇ ਲਿਆਦਾ ਦੁੱਧ ਦਾ ਟੈਂਪਰੇਚਰ ਵੀ ਡਾਊਨ ਹੁੰਦਾ ਵਾ, ਠੀਕ ਹੋ ਗਿਆ। ਉਹਦੀ ਵਜ੍ਹਾ ਨਾਲ ਜਾਨਵਰ ਬੱਚਾ ਦੁੱਧ ਪੀਂਦਾ ਵਾ ਤਾਂ ਉਹਨੂੰ ਛੋੜਕਾ ਲੱਗ ਜਾਂਦਾ, ਜਿਹਨੂੰ ਮੋਕ ਕਹਿੰਦੇ ਆ, ਛੋੜਕਾ ਕਹਿੰਦੇ ਆ। ਜਿਸ ਬੱਚੇ ਨੂੰ ਮੋਕ ਔਰ ਛੋੜਕਾ ਲੱਗਣਾ ਸ਼ੁਰੂ ਹੋ ਜਾਂਦਾ, ਉਹ ਸਰਵਾਈਵ ਨਹੀਂ ਕਰ ਸਕਦਾ ਸਰਦੀ ਦੇ ਮੌਸਮ। ਸਾਡੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਅਸੀਂ ਇਹ ਚੀਜ਼ ਇਸ ਬੱਚੇ 'ਚ ਪੈਦਾ ਹੋਣ ਨਹੀਂ ਦਿੱਤੀ, ਮੋਕ ਔਰ ਛੋੜਕਾ ਨਹੀਂ ਆਉਣ ਦਿੱਤਾ। ਹਾਂ, ਮੈਂ ਵੀ ਦੇਖ ਰਿਹਾ ਕਿ ਤੁਹਾਡੇ ਬੱਚੇ ਸਾਰੇ ਕਲੀਅਰ ਬੱਚੇ, ਸਾਰੇ ਸਾਫ ਸੁਥਰੇ ਬੱਚੇ ਨੇ। ਕਿਸੇ ਨੂੰ ਕੋਈ ਛੋੜਕਾ ਛੋੜਕਾ ਜਾਂ ਇਸ ਤਰ੍ਹਾਂ ਦਾ ਪੇਚਸ ਜਿਹਨੂੰ ਕਹਿੰਦੇ ਨੇ ਜੀ, ਉਹ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਹੈ। ਇਹ ਵਜ੍ਹਾ ਹੈ ਕਿ ਤੁਹਾਡੇ ਬੱਚੇ ਸਾਰੇ ਹੈਲਦੀ ਨੇ।